16 ਦਿਮਾਗ ਖਰਾਬ ਹੋਇਆ ਪਿਆ ਬਲੀਏ ਜਹਾਨੀ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਰੋਂ ਰੋਟੀ ਚੱਲਦੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਤੁਸੀਂ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ, ਹੋਰ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਕਾਫੀ ਖਾਸ ਅਪਡੇਟ ਰਹਿਣ ਵਾਲੀ ਹੈ, ਇਸ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਣਾ। ਦੋਸਤੋ, ਸਿੱਧੂ ਮੂਸੇਵਾਲੇ ਦੀ ਮੂਸਾ ਜੱਟ ਫਿਲਮ, ਜੋ ਕਿ ਕਿਸਾਨਾਂ ਨੂੰ ਸਪੋਰਟ ਕਰਦੀ ਹੈ, ਕਿਸਾਨੀ ਨੂੰ ਸਪੋਰਟ ਕਰਦੀ ਹੈ, ਖਾਸ ਕਰਕੇ ਹੁਣ ਜਦੋਂ ਦਿੱਲੀ ਧਰਨੇ ਦੇ ਵਿੱਚ ਕਿਸਾਨਾਂ ਨੂੰ ਬੈਠੇ ਹੋਏ 1 ਸਾਲ ਤੋਂ ਵੀ ਉੱਪਰ ਹੋ ਚੱਲਾ ਹੈ, ਤਾਂ ਇਸ ਸਮੇਂ ਵਿੱਚ ਇਹ ਫਿਲਮ ਰਿਲੀਜ਼ ਹੋਣੀ ਬਹੁਤ ਅਹਿਮੀਅਤ ਰੱਖਦੀ ਹੈ ਅਤੇ ਇਹ ਫਿਲਮ ਸਿੱਧੂ ਦੇ ਵਿਰੋਧੀਆਂ ਨੂੰ ਵੀ ਪਸੰਦ ਆਈ। ਪਰ ਦੋਸਤੋ, ਕੁਝ ਕੁ ਵਿਰੋਧੀ ਜੋ ਕਿ ਹਮੇਸ਼ਾ ਸਿੱਧੂ ਮੂਸੇਵਾਲੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ, ਉਹਨਾਂ ਨੇ ਇਸ ਮੌਕੇ ਦੇ ਉੱਪਰ ਵੀ ਸ਼ਰਮ ਨਹੀਂ ਕਰੀ ਅਤੇ ਇਸ ਕਿਸਾਨਾਂ ਨੂੰ ਸਪੋਰਟ ਕਰਨ ਵਾਲੀ ਫਿਲਮ ਨੂੰ ਵੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਇੱਕ ਰਿਵਿਊ ਸੋਸ਼ਲ ਮੀਡੀਆ ਦੇ ਉੱਪਰ 2-3 ਦਿਨਾਂ ਤੋਂ ਵਾਇਰਲ ਹੋ ਰਿਹਾ ਹੈ, ਜਿਸ ਨੇ ਕਿ ਸਿੱਧੂ ਮੂਸੇਵਾਲੇ ਦੀ ਫਿਲਮ ਦਾ ਘਟੀਆ ਰਿਵਿਊ ਕੀਤਾ ਹੈ ਅਤੇ ਇਹ ਰਿਵਿਊ ਕਰਨ ਵਾਲੇ ਦੀ ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਸਿੱਧੂ ਮੂਸੇਵਾਲੇ ਦੇ ਨਾਲ ਭੜਾਸ ਕੱਢ ਰਿਹਾ ਹੈ ਅਤੇ ਫਿਲਮ ਨੂੰ ਜਾਣਬੁੱਝ ਕੇ ਬਦਨਾਮ ਕਰ ਰਿਹਾ ਹੈ। ਖੈਰ, ਚਾਹੇ ਸਿੱਧੂ ਦੇ ਨਾਲ ਉਸ ਦੀ ਕੋਈ ਵੀ ਲਾਗ ਡਾਟ ਹੋਵੇ, ਪਰ ਉਸ ਬੰਦੇ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਸੀ ਕਿ ਇਹ ਫਿਲਮ ਕਿਸਾਨਾਂ ਨੂੰ ਸਪੋਰਟ ਕਰਦੀ ਹੈ ਅਤੇ ਇਸੇ ਕਰਕੇ ਲੋਕਾਂ ਨੂੰ ਪ੍ਰੇਰਿਤ ਕਰੇ ਕਿ ਇਹ ਇੱਕ ਜੋ ਖਾਸ ਮੈਸੇਜ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ, ਇਸ ਨੂੰ ਸਾਰੇ ਲੋਕ ਦੇਖ ਸਕਣ। ਕਿਉਂਕਿ ਦੋਸਤੋ, ਕਿਤੇ ਨਾ ਕਿਤੇ ਹੁੰਦਾ ਹੈ, ਐਸੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜਦੋਂ ਕੋਈ ਵੱਡਾ ਸਟਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਹੈ ਤਾਂ ਬਹੁਤ ਸਾਰੇ ਨੌਜਵਾਨ ਉਸ ਨੂੰ ਅਮਲ ਕਰਦੇ ਹਨ, ਖਾਸ ਕਰਕੇ ਸਿੱਧੂ ਮੂਸੇਵਾਲਾ, ਜਿਸ ਨੂੰ ਕਿ ਗੋਰੇ ਵੀ ਪਸੰਦ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਸਿੱਧੂ ਨੂੰ ਆਪਣਾ ਆਈਡਲ ਮੰਨਦੀ ਹੈ। ਪਰ ਜਦੋਂ ਇਸ ਬੰਦੇ ਨੇ ਯੂਟਿਊਬ ਦੇ ਉੱਪਰ ਘਟੀਆ ਰਿਵਿਊ ਕਰਕੇ ਪਾਇਆ, ਉਸ ਤੋਂ ਬਾਅਦ ਸਿੱਧੂ ਦੇ ਚਾਹੁਣ ਵਾਲੇ ਨੇ ਇਸ ਨੂੰ ਰਿਪਲਾਈ ਵਗੈਰਾ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਿਸੇ ਤਰ੍ਹਾਂ ਸਿੱਧੂ ਮੂਸੇਵਾਲੇ ਕੋਲ ਵੀ ਇਹ ਵੀਡੀਓ ਪਹੁੰਚੀ ਹੋਵੇਗੀ ਅਤੇ ਸਿੱਧੂ ਮੂਸੇਵਾਲੇ ਨੇ ਵੀ ਇਸ ਬੰਦੇ ਨੂੰ ਕਮੈਂਟ ਕੀਤਾ ਅਤੇ ਕਮੈਂਟ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਚੰਗੀ ਤਰ੍ਹਾਂ ਪ੍ਰਸ਼ਾਦ ਦਿੱਤਾ ਅਤੇ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਮੈਨੂੰ ਕੋਈ ਲੋੜ ਨਹੀਂ ਹੈ ਤੇਰੇ ਰਿਵਿਊ ਦੀ, ਅਤੇ ਸਿੱਧੂ ਨੇ ਤਿੱਖੇ ਸ਼ਬਦਾਂ ਦੇ ਵਿੱਚ ਇਸ ਬੰਦੇ ਨੂੰ ਰਿਪਲਾਈ ਕੀਤਾ। ਖੈਰ ਦੋਸਤੋ, ਇਸ ਤੋਂ ਬਾਅਦ ਸ਼ਾਇਦ ਇਸ ਬੰਦੇ ਨੂੰ ਬੁਰਾ ਨਹੀਂ ਲੱਗਿਆ, ਕਿਉਂਕਿ ਇਸ ਨੇ ਸਿੱਧੂ ਦਾ ਮੈਸੇਜ, ਜੋ ਕਿ ਸਿੱਧੂ ਨੇ ਇੱਕ ਗਾਲ ਵਾਂਗੂ ਲਿਖਿਆ ਸੀ, ਉਹ ਇਸ ਨੇ ਪਿੰਨ ਕਰਕੇ ਆਪਣੀ ਪ੍ਰੋਫਾਈਲ ਦੇ ਉੱਪਰ ਲਗਾ ਦਿੱਤਾ ਅਤੇ ਸ਼ਾਇਦ ਇਸ ਬੰਦੇ ਨੂੰ ਅੱਜ ਨੀਂਦ ਵੀ ਨਾ ਆਵੇ, ਕਿਉਂਕਿ ਸਿੱਧੂ ਮੂਸੇਵਾਲਾ ਵਰਲਡ ਫੇਮਸ ਸਿੰਗਰ ਇਸ ਬੰਦੇ ਨੂੰ ਕਮੈਂਟ ਕਰ ਰਿਹਾ ਹੈ, ਇਸੇ ਕਰਕੇ ਇਸ ਨੇ ਪਿੰਨ ਕੀਤਾ ਅਤੇ ਸਾਰੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਮੈਨੂੰ ਸਿੱਧੂ ਮੂਸੇਵਾਲੇ ਨੇ ਰਿਪਲਾਈ ਕੀਤਾ ਹੈ।